ਵਾਲਮੀਕਿ ਭਾਈਚਾਰੇ ਦੇ ਵੱਲੋਂ ਅੱਜ ਬੰਦ ਦਾ ਐਲਾਨ ਕੀਤਾ ਗਿਆ ਹੈ। ਬੰਦ ਦਾ ਅਸਰ ਸਾਫ-ਸਾਫ ਜਲੰਧਰ ਅਤੇ ਕਪੂਰਥਲਾ ਸ਼ਹਿਰ ਦੇ ਵਿੱਚ ਦੇਖਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਦਲਿਤ ਸਮਾਜ ਦੇ ਵੱਲੋਂ ਕਲਰਸ ਚੈਨਲ ਤੇ ਦਿਖਾਏ ਜਾਣ ਵਾਲੇ ਸੀਆ ਰਾਮ ਕੇ ਲਵਕੁਸ਼ ਨਾਟਕ ਦੇ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਕਿ ਭਗਵਾਨ ਵਾਲਮੀਕਿ ਜੀ ਦੇ ਕੁਝ ਅਜਿਹੇ ਸੀਨ ਦਿਖਾਏ ਗਏ ਨੇ ਜਿਸ ਤੇ ਕਿ ਵਾਲਮੀਕਿ ਸਮਾਜ ਇਤਰਾਜ਼ ਜਤਾ ਰਿਹਾ ਹੈ। ਵਾਲਮੀਕਿ ਭਾਈਚਾਰੇ ਦੇ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਬਾਜ਼ਾਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਉੱਥੇ ਦੂਜੇ ਪਾਸੇ ਪੁਲਿਸ ਨੇ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ। ਅਜਿਹੀਆਂ ਕੁਝ ਤਸਵੀਰਾਂ ਕਪੂਰਥਲਾ ਸ਼ਹਿਰ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀਆਂ ਨੇ। ਦੇਖੋ ਐਸੀ ਦੀਆਂ ਤਸਵੀਰਾਂ। ਸੁਰੱਖਿਆ ਪ੍ਰਬੰਧਾਂ ਸੰਬੰਧੀ ਜਿੱਥੇ 25 ਮੁਲਾਜ਼ਮ ਲੱਗ ਗਏ ਇਸ ਚੌਂਕ ਦੇ ਵਿੱਚ ਚਾਰਟ ਸਵੇਰੇ ਜਿੱਥੋਂ ਤੱਕ ਵੀ ਸਾਡੀ ਮੈਗਾ ਮੌਜੂਦ ਉੱਥੋਂ ਤੱਕ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਜ਼ਿੰਮੇਵਾਰ ਹਾਂ। ਜੇ ਕਿਸੇ ਤਰ੍ਹਾਂ ਦੀ ਵੀ ਅਣਸਖਾਮੀ ਘਟਨਾ ਨਹੀਂ ਹੁੰਦੀ, ਕੋਈ ਰੂਟ ਵੀ ਬਦਲਿਆ ਗਿਆ ਇੱਥੇ ਵਾਹਨਾਂ ਦਾ? ਸਾਡਾ ਤਾਂ ਇੱਥੇ ਚੌਂਕ ਦੇ ਵਿੱਚ ਹੀ ਚਾਰ ਸਵੇਰੇ ਰੋਡ ਤੱਕ ਹੈ। ਇਸ ਰੋਡ ਤੱਕ ਉਹ ਠੀਕ ਠਾਕ ਹੈ, ਬਾਕੀ ਰੂਟ ਬਾਰੇ ਭਾਈਚਾਰੇ ਵੱਲੋਂ ਉਸ ਸੰਬੰਧੀ ਸਾਡੇ ਕਪੂਰਥਲਾ ਸ਼ਹਿਰ ਦੇ ਵਿੱਚ ਜਿਹੜੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਅਸੀਂ ਕੀਤੇ ਆ। ਜਿੰਨੇ ਵੀ ਸਾਡੇ ਮੇਨ ਚੌਂਕ ਹੈਗੇ ਆ ਉਹਨਾਂ ਦੇ ਅਸੀਂ ਵੱਖ ਵੱਖ ਟੀਮਾਂ ਬਣਾ ਕੇ ਜਿਹੜੇ ਹੈਗੇ ਨਾਕਾਬੰਦੀ ਕੀਤੀ ਹੋਈ ਹੈ। ਔਰ ਜਿੱਥੋਂ ਇਹਨਾਂ ਨੇ ਸਿਕੰਡੀ ਮੰਦਰ ਇੱਥੋਂ ਸ਼ਹਿਰੀਆਂ ਮਹੱਲੇ ਤੋਂ ਇਹਨਾਂ ਨੇ ਰੋਸ ਮਾਰਚ ਲੈ ਕੇ ਤੁਰਨਾ, ਉੱਥੋਂ ਤੋਂ ਲੈ ਕੇ DC ਚੌਂਕ ਤੱਕ, ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਜਿੰਨੇ ਵੀ ਅਹਿਮ ਬਾਜ਼ਾਰ ਹੈਗੇ ਆ ਉੱਥੇ ਸਾਰੇ ਅਸੀਂ ਜਿਹੜੇ ਹੈਗੇ ਆ ਸੁਰੱਖਿਆ ਪ੍ਰਬੰਧ ਕੀਤੇ ਆ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਸਖਾਵੀ ਘਟਨਾ ਜਿਹੜੀ ਹੈਗੀ ਆ ਨਾ ਵਾਪਰ ਸਕੇ, ਔਰ ਸਾਡਾ ਬੰਦ ਜਿਹੜਾ ਹੈਗਾ ਬਿਲਕੁਲ ਪੀਸਫੁਲੀ ਚੱਲ ਰਿਹਾ ਔਰ ਪੀਸਫੁਲੀ ਰਹੂਗਾ। ਕਿੰਨੇ ਸਰ ਮੁਲਾਜ਼ਮ ਤੈਨਾਤ ਹੋਏ? ਇਹ ਟੋਟਲ ਸਾਡੇ ਜਿੰਨਾ ਵੀ ਥਾਣੇ ਐਟਲੀਸਟ ਸਾਡੇ 550-600 ਮੁਲਾਜ਼ਮ ਜਿਹੜਾ ਹੈਗਾ ਇਸ ਸੰਬੰਧੀ ਡਿਊਟੀ 'ਤੇ ਲਾਇਆ। ਕੋਈ ਭਾਈਚਾਰੇ ਨਾਲ ਕੱਲ੍ਹ ਮੀਟਿੰਗ ਵੀ ਹੋਈ ਵੀ ਸ਼ਾਂਤੀ ਬਣੀ? ਇਸ ਸੰਬੰਧੀ ਸਾਡੇ ਜਿਹੜੀਆਂ ਇੱਥੋਂ ਦੀਆਂ ਵਾਲਮੀਕ ਭਾਈਚਾਰੇ ਦੀਆਂ ਜਥੇਬੰਦੀਆਂ ਨੇ ਵੱਖ ਵੱਖ ਉਹਨਾਂ ਨਾਲ ਸਾਡੀ ਮੀਟਿੰਗ ਵੀ ਅਸੀਂ ਕੀਤੀ ਆ। ਮੀਟਿੰਗ ਕਰਕੇ ਅਸੀਂ ਇਹਨਾਂ ਨੂੰ ਦੱਸਿਆ ਕਰਕੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਜਿਹੜਾ ਬੰਦ ਹੈਗਾ ਇਹ ਬਿਲਕੁਲ ਪੀਸਫੁਲ ਜਿਹੜਾ ਹੈਗਾ ਹੋਊਗਾ, ਕਿਸੇ ਕਿਸਮ ਦੀ ਅਣਸਵਾਈ ਘਟਨਾ ਜਿਹੜੀ ਹੈਗੀ ਆ ਉਹ ਅਸੀਂ ਨਹੀਂ ਵਰਤਾਂਗੇ। ਇੰਦਰਜੀਤ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਦਾ TV NRI ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਣਾ।